ਵੱਜ ਗਿਆ ਤੇ ਆਪਾਂ ਕਰ ਲਾਂਗੇ ਆਪਣਾ ਵਲੌਗ ਸਟਾਰਟ। ਤੇ ਅੱਜ ਮੰਮਾ ਕਿੱਦਾਂ ਫਿਰ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ। ਅੱਜ ਨਾ ਮੰਮਾ ਠੀਕ ਆ ਨਾ? ਮੈਂ ਠੀਕ ਆ। ਅੱਜ ਮੇਰੀ ਸਿਹਤ ਨਹੀਂ ਠੀਕ ਹੈਗੀ, ਮੇਰਾ ਢਿੱਡ ਬਹੁਤ ਦਰਦ ਹੁੰਦੀ ਸੀਗੀ, ਢਿੱਡ ਨਾਲ ਬੁਖਾਰ ਬਹੁਤ ਬੁਰਾ ਹਾਲ ਹੋਇਆ। ਕੱਲ੍ਹ ਵਾਲੇ ਵਲੌਗ 'ਚ ਤੁਹਾਨੂੰ ਦੱਸਿਆ ਸੀ ਕਿ ਰੋਟੀ ਦਾ ਟਾਈਮ ਲੀਕ ਹੋਇਆ, ਸ਼ਾਮ ਨੂੰ ਰੋਟੀ ਖਾਧੀ, ਜਦੋਂ ਬੇਟਾਈਮੀ ਰੋਟੀ ਖਾਓ ਨਾ ਉਦੋਂ ਖਰਾਬ ਤਾਂ ਕਰਦੀ ਹੈ, ਕਿਉਂਕਿ ਮੈਂ ਟਾਈਮ ਤੋਂ ਬੇਟਾਈਮ ਰੋਟੀ ਨਹੀਂ ਖਾ ਸਕਦੀ ਹੈਗੀ। ਜੇ 2:30 ਵਜੇ ਖਾਣੀ ਆ, 2:30 ਖਾਣੀ ਆ, ਤੇ ਅਸੀਂ ਖਾਧੀ ਸ਼ਾਮੀ 5 ਵਜੇ ਰੋਟੀ, ਖਰਾਬ ਤਾਂ ਕਰਨਾ ਹੀ ਸੀ ਰੋਟੀ ਨੂੰ, ਬਣਿਆ ਬਹੁਤ ਜ਼ਿਆਦਾ। ਅੱਜ ਸੰਡੇ ਆ, ਸਕੂਲੋਂ ਛੁੱਟੀ ਆ, ਗਲਾ ਬੈਠਾ ਤੇਰਾ? ਗਲਾ ਬੈਠਾ। ਪਾਪਾ ਗਏ ਦੁਕਾਨ ਤੇ, ਹਰਮਨ ਗਿਆ ਆ ਕੱਲ ਦਾ ਅੰਮ੍ਰਿਤਸਰ, ਉਹਨੇ ਆ ਜਾਣਾ ਆ, ਉਹਨੇ ਆਣਾ ਹਲੇ। ਮੰਮੀ ਨੂੰ ਲੱਗੇ ਆ ਹੁਣ ਰਸੋਈ 'ਚ ਦਾਲ ਸਬਜ਼ੀ ਬਣਾਉਣ। ਦਾਦੀ ਗਏ ਆ ਬਾਜ਼ਾਰ ਸਮਾਨ ਲੈਣ, ਕਿ ਮੰਮਾ ਠੀਕ ਨਹੀਂ ਹੈਗੇ ਅੱਜ। ਮਾੜਾ ਜਿਹਾ ਫਰਕ ਆ, ਪਰ ਬੁਖਾਰ, ਸਰੀਰ ਬਹੁਤ ਦੁਖਦਾ ਆ, ਦਵਾਈ ਖਾਣੀ, ਖਾ ਲਈ ਦਵਾਈ। ਮੈਂ ਚਲੋ ਮਿਲਦੇ ਆ ਫਿਰ, ਆਉਂਦੇ ਜਦੋਂ ਪਾਪਾ ਦੁਕਾਨ ਤੋਂ। ਕੀ ਗੱਲ ਬਈ, ਦੇਖੋ ਜੀ ਇੱਧਰ ਦਿਖਾ ਮੇਰਾ ਪੁੱਤ ਕੀ ਹੋਇਆ, ਦਿਖਾ ਤੁਸੀਂ, ਦਿਖਾ ਤੁਸੀਂ, ਇੱਧਰ ਅੱਖ ਦੇ ਉੱਤੇ ਹੋਈ ਆ ਗਵਾਂਢਣੀ, ਬਹੁਤ ਤੰਗ ਕੀਤਾ ਪਿਆ ਆ। ਚਲੋ ਮੰਮਾ ਕੋਲ ਸਕੂਲ ਕਿੱਦਾਂ ਜਾਉਂਗੀ? ਹੋ ਜਾਣੀ ਠੀਕ ਪੁੱਤ, ਕੱਲ੍ਹ ਤੱਕ ਦਵਾਈ ਖਾਣੀ ਹੈ ਨਾ, ਹੋ ਜਾਣਾ ਠੀਕ। ਲਓ ਜੀ ਦਾਲ ਰੱਖ ਦਿੱਤੀ ਆ, ਦਾਲ ਵਿੱਚ ਕੀ ਘਿਓ ਪਾਇਆ ਨਾ, ਘਿਓ ਘਿਓ ਕਿੱਦਾਂ ਹੋ ਗਿਆ ਇਕੱਠਾ। ਹਾਂਜੀ ਇੱਧਰ ਰੱਖ ਦਿੱਤੀ ਆ ਹਰੀ ਮੂੰਗੀ ਦੀ ਦਾਲ ਸਾਬਤ, ਤੇ ਦਾਲ ਬਣੂਗੀ, ਤੇ ਬਾਕੀ ਚਲੋ ਮਿਲਦੇ ਆ ਇੱਧਰ। ਪੱਲੂ ਕਹਿੰਦੀ ਮੈਂ ਮੈਗੀ ਖਾਣੀ ਆ, ਮੈਗੀ ਤੁਹਾਨੂੰ ਪਤਾ ਮੈਗੀ ਦੀ ਕਰਦੀ ਸ਼ਕੀਨ ਬੜੀ ਆ, ਮੈਗੀ ਚਲੋ ਫਿਰ ਖਾ ਲੋ ਬੰਦ, ਦਵਾਈ ਖਾ ਲਈਓ, ਖਾਣੀ ਤਾਂ ਕੋਈ ਹੋਣੀ, ਓਕੇ ਆ ਗਿਆ। ਮੰਮੀ ਵੀ ਨੀ ਠੀਕ ਹੈਗੇ ਹੈ? ਮੰਮੀ ਵੀ ਨੀ ਠੀਕ, ਮੈਂ ਖਾਂਦੀ ਪਈ ਮੈਗੀ। ਪਲੇਟ ਰੱਖਿਆ ਮੈਗੀ, ਕੀ ਹੋ ਗਿਆ ਯਾਰ? ਕੀ ਆ, ਘੱਟ ਖਾਇਆ ਕਰੋ ਮੈਗੀਆਂ ਛੱਡੀਆਂ ਯਾਰ, ਬਾ 3-4 ਦਿਨ ਹੋ ਗਏ, ਕੱਲਾ ਆਪਣਾ ਸਕੂਲ ਦਾ ਕੰਮ, ਹੁਣ ਟਾਈਮ ਦੇ 3 ਵਜੇ ਚੱਲੇ ਆ, ਚਲੋ ਕਰਦੇ ਪਾਪਾ ਇੱਧਰ। ਪਾਪਾ ਨੀਂਦ ਆਉਂਦੀ? ਹਾਂ ਰਾਤੀ ਸੁੱਤਾ ਨਹੀਂ ਪਾਪਾ, ਹੁਣ ਜੇ ਸਵੇਰ ਮੂਵੀ
ਕੇ ਹੈ ਕਿਉਂ ਚਲੋ ਮੈਂ ਕਰਨ ਲੱਗੀ ਆਪਣੇ ਕੰਮ ਹਾਂ ਬਈ ਕਰਨ ਲੱਗੀ ਚਲੋ ਕਰੋ ਇੰਨਾ ਕਾ ਸਾਰੇ ਢਿੱਲੇ ਆਈ ਯਾਰ, ਮੈਂ ਵੀ ਰਾਤੀ ਦਰਦ ਰਹਿੰਦੀ ਰਹੀ, ਨੀਂਦ ਨੀ ਆਈ, ਉਹ ਇਹਦੇ ਵੀ ਗੁਆਂਢਣੀ ਹੋਈ ਆ, ਇਹ ਵੀ ਨੀ ਸੈੱਟ ਹੈਗੀ, ਹਰਮਨ ਆਇਆ ਉਹਨੂੰ ਵੀ ਕੋਲਡ ਹੋਇਆ, ਮੇਰੇ ਵੀ ਰਾਤੀ ਦਰਦ ਹੁੰਦੀ ਰਹੀ, ਰਾਤੀ ਸਾਰੀ ਰਾਤ ਵੀ ਸੁੱਤਾ, ਰੋਟੀ ਬੇਟਾਈਮੀ ਖਾਧੀ ਨਾ, ਫਿਰ ਉਹ ਜਿਹੜੀ ਰਾਤੀ ਮੁੜ ਕੇ ਚੌਲ ਚੂਲ ਖਾ ਲਿਆ ਨਾ, ਭੁੱਖ ਹੈ ਨੀ ਸੀਗੀ, ਪਰ ਉਹਦੇ ਨਾਲ ਨਾ ਥੋੜ੍ਹੀ ਦਰਦ ਹੋਣ ਲੱਗ ਪਈ ਗੈਸ ਦੀ, ਤੂੰ ਵਾਸੀਆਂ ਮਾਰਨ ਨਹੀਂ ਹੈ, ਹੁਣ ਕੀ ਕਰੀਏ ਪਤਾ, ਆਪਾਂ ਗਏ ਤਾਂ ਸੀਗੇ ਵੀ 3:30 ਚਾਰ ਵਜੇ ਪਹੁੰਚ ਕੇ ਖਾ ਲੈਣੀ, ਪਰ ਉਹ ਹੁਣ ਉੱਥੇ ਮਿਲਿਆ ਨਹੀਂ ਕੁਛ ਵੀ, ਹੋਈ ਮਾੜੀ ਗੱਲ ਸਾਡੀ ਇਹਨਾਂ ਨੂੰ, ਕੀ ਕਰ ਸਕਦੇ ਅੱਜ, ਜਿਹੜੇ ਹੋ ਗਿਆ ਸੋ ਹੋ ਗਿਆ, ਆ ਦਾਲ ਮੇਰੇ ਲਈ ਰੱਖੀ, ਚੱਲ ਠੰਡੀ ਬਲ ਮੇਰੀ, ਆ ਮੈਨੂੰ ਠੰਡੀ ਸਵਾਲ ਲੱਗਦੀ ਹੈ, ਠੰਡੀ ਥੋੜ੍ਹੀ ਠੰਡੀ ਸਵਾਲ ਲੱਗਦੀ ਹੈ, ਤੈਨੂੰ ਤਾਂ ਮਜ਼ਾ ਆਉਣਾ ਹੀ ਆਉਣਾ ਸੀਗਾ, ਨਾ ਤੂੰ ਛੋਲੇ ਭਟੂਰੇ ਖਾਣੇ ਦੇ, ਨਾ ਤੇਰਾ ਦਿਲ ਕਰਦਾ ਸੀਗਾ ਨਾਨ ਖਾਣ ਨੂੰ, ਤੂੰ ਖਾਣਾ ਡੋਸਾ ਤੈਨੂੰ ਮਿਲ ਗਿਆ, ਅਤੇ ਤੈਨੂੰ ਤਾਂ ਮਜ਼ਾ ਹੀ ਆਉਣਾ ਸੀਗਾ, ਗੱਲ ਤਾਂ ਸਾਡੀ ਸੀਗੀ, ਉਹ ਹੁਣ ਉਹ ਵੀ ਕੋਠੇ ਲਵਾਂ ਪਿਆ ਨਾ ਸੁੱਤਾ ਆਈ, ਮੇਰੇ ਤਿੰਨ ਫੁੱਲ ਗਏ, ਤੂੰ ਖਾਣਾ ਕੁਛ ਤਾਂ ਖਾ ਲਾ ਮਾੜਾ ਮੋਟਾ, ਚੱਲ ਕੋਈ ਗੱਲ ਨੀ, ਠੀਕ ਜੀ ਜਦੋਂ ਦਿਲ ਕਰੂ ਉਦੋਂ ਖਾਈ, ਆਹੋ ਐਵੇਂ ਓਦਾਂ ਵੀ ਕਹਿੰਦੇ ਜਦੋਂ ਪੇਟ ਪੂਟ ਦੁਖਦਾ ਹੋਵੇ ਇੱਕ ਅੱਧਾ ਨਾਗਾ ਪਾ ਲਓ ਨਾ ਰੋਟੀ ਦਾ, ਹਾਂ ਰੋਟੀ ਦਾ ਨਾਗਾ ਪਾ ਲਓ ਇੱਕ ਦਿਨ ਦਾ, ਫਿਰ ਠੀਕ ਹੋ ਜਾਂਦਾ, ਚਲੋ ਆ ਜਾਓ ਫਿਰ ਅੰਦਰ, ਹੈਂ ਲੈ ਬਈ ਆ ਚਾਰਜ ਲਾ ਦੇ ਫੋਨ, ਤੇਰਾ ਬੈਟਰੀ ਬਹੁਤ ਲੋਅ ਆ ਫੋਨ ਦੀ, ਹੈਂ ਇਹਨੂੰ ਪਾਵਰ ਬੈਂਕ ਹੈਗਾ, ਇਹਨੂੰ ਲਾ ਦੇ ਚਾਰਜ, ਚੱਲ ਫੜ, ਸ਼ਾਮ ਹੋ ਗਈ ਹੈ ਤੇ ਮੰਮਾ ਕਹਿੰਦੇ ਥੋੜ੍ਹੇ ਜਿਹੇ ਕੋਠੇ ਚੱਲਦੇ ਆ, ਸੋ ਗਏ ਸੀਗੇ ਸਾਰੇ, ਹੁਣੇ ਉੱਠੇ ਆ, ਤੇ ਦਾਦੀ ਵੀ ਕੋਠੇ ਦੇ ਕੱਪੜੇ ਸੁੱਕਣੇ ਲੈਣ ਆਏ, ਲੈਣ ਆਏ ਸੀ ਕੱਪੜੇ, ਤੇ ਆ ਇੱਧਰ ਸੁੱਤਾ ਪਿਆ ਆ, ਛੱਡੋ ਬਾਰੇ ਆਪਣੇ ਉੱਠ ਜਾਊ, ਮੈਂ ਹੀ ਚੱਲ ਪਿਆ ਵਾ ਇਹਨੂੰ, ਸੋ ਘੰਟੇ ਲਾ, ਇੰਨੀ ਧੁੱਪ ਆ, ਕਿੱਦਾਂ ਮੰਮੀ ਹੁਣ ਠੀਕ ਹੋ, ਠੀਕ ਆ, ਠੀਕ ਹੋ, ਹੁਣੇ ਉੱਠੀ ਆ ਮੈਂ, ਚਲੋ ਪਾਪਾ ਦੁਕਾਨੇ ਆ, ਤੇ ਸ਼ਾਮ ਤਾਂ ਹਲੇ ਹੋਈ ਨਹੀਂ ਵੈਸੇ, ਹੈਨਾ ਧੁੱਪ ਹੈਗੀ ਆ ਹਲੇ ਵੀ, ਦਾਦੀ ਨੂੰ ਲੱਭਦੀ ਆ ਕੋਠੀ ਆ ਰਹੀ, ਹਾਂਜੀ ਆ ਗਏ, ਆ ਗਏ, ਸਮੀਰ ਆ ਗਿਆ, ਕੱਪਦੀ ਕਿੱਦਾਂ ਠੀਕ ਹੈ ਜੀ ਚਲੋ ਖਾਓ।
ਲੋ ਜੀ ਹੁਣ ਲੱਗੇ ਅਸੀਂ ਰੋਟੀ ਖਾਣ। ਅੱਗੇ ਅਸੀਂ ਦੁਪਹਿਰੇ ਰੋਟੀ ਨਹੀਂ ਖਾਧੀ, ਦੁਪਹਿਰੇ ਕਿਸੇ ਨੇ ਮਾੜੀ ਜਿਹੀ ਖਾਧੀ, ਕਿਸੇ ਨੇ ਖਾਧੀ ਨਹੀਂ। ਹੁਣ ਰਾਤੀ ਫੇਰ ਹੋਏ ਇਕੱਠੇ ਅਤੇ ਹੁਣ ਲੱਗੇ ਹਾਂ ਇਕੱਠੇ ਹੋ ਗਏ ਰੋਟੀ ਖਾਣ। ਚਲੋ ਆ ਤੁਸੀਂ ਖਾਧੀ ਪਹਿਲਾਂ ਜਾਂ ਮੈਂ ਖਾਧੀ ਆ? ਮਨਪ੍ਰੀਤ ਨੇ ਖਾਧੀ ਨਹੀਂ, ਉਹ ਘਰ ਹੈ ਨਹੀਂ ਸੀ ਤਾਂ ਫਿਰ ਉਹ ਆਪਾਂ ਸ਼ੂਟ ਹੀ ਨਹੀਂ ਕੀਤਾ। ਅਤੇ ਬਣਾਈ ਸੀਗੀ ਉਹ ਤਾਂ ਮਾੜੀ ਜਿਹੀ ਬਣਾਈ ਸੀ, ਉਹ ਤਾਂ ਦਿਖਾਉਂਦੇ ਉਹ ਹੈ ਜੋ ਦਿਲ ਕਰਦਾ ਲਾਓ ਦੇਖੋ। ਤੇ ਇਹਨੇ ਤਾਂ ਮੋਟੀ ਨੇ ਅੱਜ ਖਾਧਾ ਰਿਮੋਟ ਰੱਖ ਕੇ, ਨਹੀਂ ਮੂੰਹ ਤੇ ਹੱਥ ਆ ਗਿਆ, ਮੂੰਹ ਮੇਰੇ ਹੱਥ ਆ ਗਿਆ। ਲਓ ਜੀ ਟੀਵੀ ਦੇਖਦੇ ਆ, ਰੋਟੀ ਪਾਣੀ ਖਾ ਕੇ ਹੋ ਗਏ ਵਿਹਲੇ। ਇੱਧਰ ਹੋ ਰਹੀਆਂ ਸਵੇਰੇ ਸਕੂਲ ਦੀਆਂ ਤਿਆਰੀਆਂ। ਸਿਰ ਧੋਤਾ ਸੀਗਾ ਅੱਜ, ਤੇਲ ਲਾਉਣ ਦਾ ਟਾਈਮ ਨਹੀਂ ਲੱਗਾ ਮੇਰਾ, ਮੈਂ ਉੱਠੀ ਨਹੀਂ, ਠੀਕ ਨਹੀਂ ਸੀ ਮੈਂ। ਹਾਂ ਮੈਂ ਕਿਹਾ ਤੇਲ ਲਾ ਦਵਾਂ ਸਵੇਰੇ, ਟਾਈਮ ਨਹੀਂ ਨਾ ਹੁੰਦਾ। ਠੀਕ ਠੀਕ ਠੀਕ, ਉੱਧਰ ਵੀ ਪੈ ਗਿਆ ਬੰਦਾ, ਇੱਧਰ ਵੀ ਤਿਆਰੀਆਂ। ਕੋਲਡ ਤਾਂ ਹੋਣਾ ਹੀ ਸੀ, ਹੁਣ ਕੀ ਕਰ ਸਕਦੇ ਇਹ 'ਚ, ਅੱਜ ਸਾਰੇ ਹੀ ਥੋੜ੍ਹੇ ਥੋੜ੍ਹੇ ਢਿੱਲੇ ਆ। ਚਲੋ ਕਰੋ ਬਲੌਗ ਦਾ ਐਂਡ। ਇਹਦੀ ਅੱਖ ਨਹੀਂ ਠੀਕ ਹੋਈ, ਉੱਧਰ ਬੁਖਾਰ ਚੜਿਆ, ਇੱਧਰ ਗੈਸ ਦੀ ਦਰਦ ਹੁੰਦੀ ਸੀ, ਇੱਧਰ ਕੋਲਡ ਹੋਇਆ। ਨਹੀਂ ਮੈਂ ਠੀਕ ਹਾਂ ਹੁਣ, ਦਾਦੀ ਵੀ ਮੈਂ ਵੀ ਠੀਕ ਹਾਂ ਹੁਣ। ਮਿਲਦੇ ਹਾਂ ਤੁਹਾਨੂੰ ਇੱਕ ਨਵੇਂ ਬਲੌਗ 'ਚ। ਚੱਲ ਬਈ ਜੀਬਾ ਕੱਢ ਲੈ, ਬਾਏ ਕਰ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਅਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ, ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ। ਥੈਂਕ ਯੂ।